ਬਾਰਡਰ ਏਰੀਆ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਵਿਲੇ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦਾ ਮਕਸਦ ਹੈ ਕਿ ਜਾਂ ਪੁਲਿਸ ਅਤੇ BSF ਨੂੰ ਤਾਲਮੇਲ ਕਰਨਾ ਅਤੇ ਉਹਨਾਂ ਨੂੰ ਜੇ ਕੋਈ ਵੀ ਐਕਟੀਵਿਟੀ ਹੁੰਦੀ ਆ ਡਰੋਨ ਸੰਬੰਧੀ ਜਾਂ ਕੋਈ ਡਰੱਗ ਸੰਬੰਧੀ ਜਾਂ ਕੋਈ ਹੋਰ ਉਹਨਾਂ ਨੂੰ ਲੱਗਦਾ ਇਲੀਗਲ ਐਕਟੀਵਿਟੀ ਆ ਜਾਂ ਵਿਕਾਸ ਸੰਬੰਧੀ ਵੀ ਕੋਈ ਮੁੱਦੇ ਹੁੰਦੇ ਨੇ, ਤਾਂ ਉਹ BSF ਅਤੇ ਪੁਲਿਸ ਅਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਸਾਂਝੇ ਕਰਨ ਤਾਂ ਜੋ ਕਿ ਅਸੀਂ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰ ਸਕੀਏ। ਤਾਂ ਹੁਣ ਮਾਨਯੋਗ ਨਵੇਂ ਗਵਰਨਰ ਸਾਹਿਬ ਨੇ ਜੁਆਇਨ ਕੀਤਾ ਹੈ ਅਤੇ ਉਹ 25 ਤਰੀਕ ਨੂੰ ਇੱਥੇ ਗੁਰਦਾਸਪੁਰ ਜਾ ਕੇ ਵਿਲੇ ਡਿਫੈਂਸ ਕਮੇਟੀਆਂ ਨਾਲ ਇੰਟਰੈਕਟ ਕਰਨਗੇ ਅਤੇ ਉਸਦੇ ਸੰਬੰਧ ਵਿੱਚ ਹੀ ਮੈਂ ਅਤੇ ਦੋਨੋਂ SSP ਸਾਹਿਬਾਨ ਗੁਰਦਾਸਪੁਰ ਅਤੇ ਬਟਾਲਾ ਅੱਜ BDC ਨਾਲ ਅਸੀਂ ਮੈਂ ਐਜ਼ ਏ ਡੈਪਟੀ ਕਮਿਸ਼ਨਰ ਪਹਿਲੀ ਵਾਰ ਇਹਨਾਂ ਨੂੰ ਬੁਲਾ ਕੇ ਇੰਟਰੈਕਟ ਕਰ ਰਹੇ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਇਹਨਾਂ ਦੀਆਂ ਕੀ ਸਮੱਸਿਆ ਨੇ ਤਾਂ ਇਹਨਾਂ ਦੇ ਮਨ 'ਚ ਕੀ ਹੈਗਾ, ਸੋ ਦੈਟ ਅਸੀਂ ਉਸ 'ਤੇ ਵਰਕ ਕਰ ਸਕੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਸਟਰੈਂਥਨ ਕਰਕੇ ਇਹਨਾਂ ਦਾ ਮੈਕਸਿਮਮ ਸਹਿਯੋਗ ਲੈ ਸਕੀਏ। ਅੱਜ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ, SSP ਸਾਹਿਬ ਗੁਰਦਾਸਪੁਰ ਐਂਡ ਮੈਂ ਐਜ਼ ਐਸਟੀ ਬਟਾਲਾ, ਇੱਥੇ ਡੇਰਾ ਬਾਬਾ ਨਾਨਕ ਆਏ ਹੈਗੇ ਨੇ। ਇੱਥੇ ਅਸੀਂ ਜਿਹੜੀ ਵੱਖ ਵੱਖ ਪਿੰਡਾਂ ਦੀ ਜਿਹੜੀ BDC ਹੈਗੀ ਤਾਂ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਨਾਲ ਮੀਟਿੰਗ ਹੋਈ ਤਾਂ ਇੱਕ ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਕੁਛ ਮਸਲੇ ਸੀਗੇ ਉਹਨਾਂ ਦੀ ਇੱਥੇ ਅਸੀਂ ਸੁਣਵਾਈ ਕਰ ਲਈ ਐਂਡ ਦੇ ਹੈਵ ਬੀਨ ਰੀਅਸ਼ੋਰ ਕਿ ਉਹਦਾ ਨਿਪਟਾਰਾ ਕੀਤਾ ਜਾਵੇ। ਬਾਕੀ ਜਿਹੜਾ BDCs ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਿਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇਨ ਅਸੀਂ ਦੁਬਾਰਾ ਉਹ ਸਾਰਾ ਚੀਜ਼ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਛ ਪੋਜ਼ਿਟਿਵ ਡਿਵੈਲਪਮੈਂਟ ਸੀਗੀਆਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈਗੀ ਪੁਲਿਸ ਨੂੰ, ਤਾਂ ਸਿਮਿਲਰਲੀ ਉਸੀ ਫੈਸ਼ਨ 'ਤੇ ਉਸੀ ਤਰਜ਼ 'ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੈਂਥਨ ਕਰਨਾ, ਤਾਂ ਉਹ ਸਾਡਾ ਮੁੱਦਾ ਸੀਗਾ ਅੱਜ ਦੀ ਮੀਟਿੰਗ ਦਾ। ਸਰ ਨਹੀਂ, ਇਹਦੇ ਵਿੱਚ ਬੇਸ਼ੱਕ ਸੈਂਸਿਟਿਵ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ BSF ਦੇ ਨਾਲ, ਤਾਂ ਇਸ ਤੋਂ ਇਲਾਵਾ ਵੀ ਆਫ ਲੇਟ ਜਿਹੜੇ ਕੁਛ ਨਾਕੇ ਅਸੀਂ ਇੱਥੇ ਅਸਟੈਬਲਿਸ਼ ਕਰਤੇ, ਕੁਛ ਸਟਰੈਂਥਨਿੰਗ ਕੀਤੀ ਹੈ, ਕੁਛ ਫਰਦਰ ਅਸੀਂ ਪਲਾਨ ਚੱਲਦਾ ਪਿਆ ਤਾਂ ਜਿਹੜੀ ਕੋਈ ਨਫਰੀ ਅਸੀਂ ਕੜਕੇ ਡਿਸਟ੍ਰਿਕਟ 'ਚੋਂ ਬਾਕੀ ਡਿਸਟ੍ਰਿਕਟ 'ਚੋਂ ਅਸੀਂ ਇੱਥੇ ਡਿਪਲੋਏ ਕਰ ਰਹੇ ਹਾਂ। ਥੈਂਕ ਯੂ।